ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਨਵੇਂ SBI ਦੇ HDFC ਕ੍ਰੈਡਿਟ ਕਾਰਡ ਦੇ ਨਾਲ Paytm ਦਾ ਇਹ ਤੀਜਾ ਅਟੈਂਪਟ ਹੈ ਕ੍ਰੈਡਿਟ ਕਾਰਡ ਇੰਡਸਟਰੀ ਦੇ ਵਿੱਚ ਵੜਨ ਦਾ। ਇਸ ਤੋਂ ਪਹਿਲਾਂ ਵੀ Paytm ਨੇ ਦੋ ਵਾਰ ਆਪਣੇ ਕ੍ਰੈਡਿਟ ਕਾਰਡ ਲਾਂਚ ਕੀਤੇ ਤੇ ਦੋਨੋਂ ਵਾਰੀ ਫੇਲ ਹੋਇਆ। ਸਭ ਤੋਂ ਪਹਿਲਾਂ ਤਾਂ Paytm ਨੇ ਬੈਂਕ ਆਫ ਬੜੌਦਾ ਫਾਈਨੈਂਸ਼ੀਅਲ ਨਾਲ ਟਾਈ ਅਪ ਕਰਕੇ BOB Paytm ਕ੍ਰੈਡਿਟ ਕਾਰਡ ਲਾਂਚ ਕੀਤਾ ਸੀ ਜੋ ਕਿ ਬਹੁਤ ਬੁਰੇ ਤਰੀਕੇ ਨਾਲ ਫੇਲ ਹੋਇਆ ਸੀ। ਤੇ ਉਸ ਤੋਂ ਬਾਅਦ Paytm ਨੇ ਸਿਟੀ ਬੈਂਕ ਨਾਲ ਟਾਈ ਅਪ ਕਰਕੇ Paytm ਫਸਟ ਕਾਰਡ ਕੱਢਿਆ ਸੀ। ਇਹਦੇ ਬਾਰੇ ਸ਼ਾਇਦ ਤੁਸੀਂ ਸੁਣਿਆ ਵੀ ਹੋਵੇਗਾ ਕਿਉਂਕਿ ਇਹ ਚੀਜ਼ ਕਾਫੀ ਰੀਸੈਂਟਲੀ ਹੋਈ ਹੈ, ਬਟ ਸ਼ਾਇਦ Paytm ਦੀ ਕਿਸਮਤ ਹੀ ਖਰਾਬ ਹੈ। ਸਿਟੀ ਬੈਂਕ ਨੇ ਇੰਡੀਆ ਦੇ ਵਿੱਚ ਆਪਣੇ ਸਾਰੇ ਆਪਰੇਸ਼ਨਸ ਵਾਈਂਡ ਅਪ ਕੀਤੇ ਤੇ ਉਹਨਾਂ ਦੇ ਨਾਲ ਨਾਲ ਇਹ ਕਾਰਡ ਵੀ ਬੰਦ ਹੋ ਗਿਆ। ਸੋ ਇਸ ਵਾਰ Paytm ਨੇ ਇੰਡੀਆ ਦੇ ਸਭ ਤੋਂ ਵੱਡੇ ਬੈਂਕ HDFC ਤੇ SBI ਦੇ ਨਾਲ ਟਾਈ ਅਪ ਕਰਕੇ ਤਿੰਨ ਕਾਰਡ ਕੱਢੇ ਆ। Paytm SBI ਸਿਲੈਕਟ ਕ੍ਰੈਡਿਟ ਕਾਰਡ, Paytm SBI ਕ੍ਰੈਡਿਟ ਕਾਰਡ ਤੇ Paytm HDFC ਕ੍ਰੈਡਿਟ ਕਾਰਡ। ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ Paytm SBI ਦੇ ਨਾਲ ਦੋਨਾਂ ਕਾਰਡ ਨੂੰ ਡਿਟੇਲ ਦੇ ਵਿੱਚ ਐਨਾਲਾਈਜ਼ ਕਰਾਂਗੇ ਤੇ ਦੇਖਾਂਗੇ ਕਿ ਇਹ ਕਾਰਡ ਲੈਣੇ ਚਾਹੀਦੇ ਆ ਜਾਂ ਫਿਰ ਨਹੀਂ। ਇਹਨਾਂ ਦੀ ਵੈਬਸਾਈਟ ਤੇ ਲਿਖਿਆ ਕਿ Paytm SBI ਕ੍ਰੈਡਿਟ ਕਾਰਡ ਇੰਡੀਆ ਦਾ ਮੋਸਟ ਸਿੰਸੀਅਰ ਕ੍ਰੈਡਿਟ ਕਾਰਡ ਹੈ। ਤਾਂ ਅੱਜ ਫਿਰ ਦੇਖਦੇ ਹਾਂ ਕਿ ਵਾਕਈ ਕਿੰਨੇ ਕੁ ਸਿੰਸੀਅਰ ਹੈ ਇਹ ਕ੍ਰੈਡਿਟ ਕਾਰਡ। ਇਹਨਾਂ ਦੇ ਵਿੱਚੋਂ Paytm SBI ਇੱਕ ਬਿਜ਼ਨਸ ਕ੍ਰੈਡਿਟ ਕਾਰਡ ਹੈ ਤੇ Paytm SBI ਸਿਲੈਕਟ ਸਲਾਈਟਲੀ ਪ੍ਰੀਮੀਅਮ ਕ੍ਰੈਡਿਟ ਕਾਰਡ ਹੈ। Paytm SBI ਸਿਲੈਕਟ ਦੀ ਜੁਆਇਨਿੰਗ ਤੇ ਰਿਨਿਵਲ ਫੀਸ 1499 ਪਲੱਸ GST ਹੈ ਤੇ Paytm SBI ਕ੍ਰੈਡਿਟ ਕਾਰਡ ਦੀ 499 ਪਲੱਸ GST ਹੈ। Paytm SBI ਸਿਲੈਕਟ ਦੇ ਵਿੱਚ ਤੁਹਾਨੂੰ 1500 ਰੁਪਏ ਦੀ ਫੀਸ ਦੇ ਕੇ 1500 ਦੇ ਵੈਲਕਮ ਬੈਨੀਫਿਟ ਮਿਲ ਜਾਂਦੇ ਆ, ਜਿਹਦੇ ਵਿੱਚੋਂ 750 ਤਾਂ ਸਿੱਧਾ ਸਿੱਧਾ ਤੁਹਾਡੇ Paytm ਵਾਲਟ ਦੇ ਵਿੱਚ ਕ੍ਰੈਡਿਟ ਹੋ ਜਾਂਦਾ ਹੈ ਤੇ ਬਾਕੀ ਦੇ 750 ਦੀ ਤੁਹਾਨੂੰ Paytm ਫਸਟ ਮੈਂਬਰਸ਼ਿਪ ਮਿਲ ਜਾਂਦੀ ਹੈ। Paytm SBI ਕ੍ਰੈਡਿਟ ਕਾਰਡ ਦੇ ਵਿੱਚ ਤੁਹਾਨੂੰ ਕੋਈ ਵੈਲਕਮ ਬੈਨੀਫਿਟ ਨਹੀਂ ਮਿਲਦਾ, ਬਸ Paytm ਫਸਟ ਦੀ ਮੈਂਬਰਸ਼ਿਪ ਮਿਲ ਜਾਂਦੀ ਹੈ। Paytm ਫਸਟ ਮੈਂਬਰਸ਼ਿਪ Paytm ਯੂਜ਼ਰਸ ਲਈ ਇੱਕ ਲਾਇਲਟੀ ਸਕੀਮ ਬੇਸਡ ਸਬਸਕ੍ਰਿਪਸ਼ਨ ਹੈ। ਇਹਦੇ ਵਿੱਚ ਤੁਹਾਨੂੰ ਕਾਫੀ ਸਾਰੇ ਬੈਨੀਫਿਟਸ ਮਿਲ ਜਾਂਦੇ ਆ, ਜਿਵੇਂ ਕਿ ਸੋਨੀ ਲਿਵ ਦੀ 1 ਸਾਲ ਦੀ ਸਬਸਕ੍ਰਿਪਸ਼ਨ, G5 ਦੀ ਸਬਸਕ੍ਰਿਪਸ਼ਨ ਵਗੈਰਾ। ਪਹਿਲਾਂ ਇਹਦੇ ਵਿੱਚ ਵੂਟ ਦੀ ਸਬਸਕ੍ਰਿਪਸ਼ਨ, Zomato ਦੀ ਗੋਲਡ ਸਬਸਕ੍ਰਿਪਸ਼ਨ ਵੀ ਇਨਕਲੂਡਡ ਹੁੰਦੀ ਸੀ, ਬਟ ਰੀਸੈਂਟਲੀ ਇਹ ਡਿਸਕੰਟੀਨਿਊ ਹੋ ਗਈ ਹੈ। ਹੁਣ ਜੇਕਰ ਦੇਖਿਆ ਜਾਵੇ ਤਾਂ ਸੁਣਨ ਦੇ ਵਿੱਚ Paytm ਫਸਟ ਦੀ ਇਹ ਮੈਂਬਰਸ਼ਿਪ ਕਾਫੀ ਵਧੀਆ ਲੱਗ ਰਹੀ ਹੈ, ਬਟ ਪ੍ਰੋਬਲਮ ਇਹੀ ਹੈ ਕਿ ਇਹਦੇ ਰਿਵਾਰਡਸ ਤੇ ਬੈਨੀਫਿਟਸ ਬੜੀ ਜਲਦੀ ਚੇਂਜ ਹੋ ਜਾਂਦੇ ਆ। ਤੁਸੀਂ ਇਹ ਪ੍ਰੋਡਕਟ ਸੋਚ ਕੇ ਕੁਝ ਲੈਣੇ ਹੋ ਤਾਂ 1 ਸਾਲ ਬਾਅਦ ਕੁਝ ਹੋਰ ਹੀ ਹੋ ਜਾਂਦਾ ਹੈ। ਤਾਂ ਮੇਰੇ ਗੈਸ ਦੇ ਅਕੋਰਡਿੰਗ Paytm ਨੇ ਪ੍ਰੋਡਕਟ ਕੱਟ ਤਾਂ ਦਿੱਤਾ, ਬਟ ਇਹਨੂੰ ਲੈਣ ਵਾਲੇ ਲੋਕ ਬਹੁਤੇ ਨਹੀਂ ਹੈ, ਇਸ ਲਈ ਇਹਨੂੰ ਐਡ ਆਨ ਬੈਨੀਫਿਟ ਦਿਖਾ ਕੇ ਕ੍ਰੈਡਿਟ ਕਾਰਡ ਦੇ ਨਾਲ ਚਿਪਕਾ ਕੇ ਵੇਚਿਆ ਜਾ ਰਿਹਾ। ਸੋ ਐਨੀ ਹਾਊ Paytm SBI ਕ੍ਰੈਡਿਟ ਕਾਰਡ ਦੇ ਬੈਨੀਫਿਟਸ ਵੀ ਦੇਖ ਲੈਂਦੇ ਹਾਂ। ਬੈਸਟ ਬਿਗਨਰਸ ਕ੍ਰੈਡਿਟ ਕਾਰਡ ਜਿਵੇਂ ਕਿ Amazon, ICICI, ਐਕਸਿਸ, ਫਲਿੱਪਕਾਰਟ, ਐਕਸਿਸ ਇਸ ਕ੍ਰੈਡਿਟ ਕਾਰਡ ਤੋਂ ਇਨਸਪੀਰੇਸ਼ਨ ਲੈ ਕੇ Paytm ਵੀ ਆਪਣੇ ਕ੍ਰੈਡਿਟ ਕਾਰਡ ਤੇ 5% ਦਾ ਕੈਸ਼ਬੈਕ ਆਫਰ ਕਰਦਾ, ਬਟ ਇਹ ਬੈਨੀਫਿਟ ਤੁਹਾਨੂੰ Paytm ਮਾਲ, ਮੂਵੀ ਬੁਕਿੰਗ ਤੇ ਟ੍ਰੈਵਲ ਬੁਕਿੰਗ ਤੇ ਹੀ ਮਿਲੇਗਾ। ਤੇ Paytm SBI ਕ੍ਰੈਡਿਟ ਕਾਰਡ ਤੇ ਤਾਂ ਇਹਨਾਂ ਕੈਟਾਗਰੀ ਤੇ ਵੀ 3% ਦਾ ਕੈਸ਼ਬੈਕ ਹੀ ਮਿਲਦਾ। ਇਹਨਾਂ ਕੈਟਾਗਰੀ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਕ੍ਰੈਡਿਟ ਕਾਰਡ Paytm ਤੇ ਕਿਤੇ ਹੋਰ ਯੂਜ਼ ਕਰਦੇ ਹੋ ਤਾਂ ਤੁਹਾਨੂੰ 2% ਦਾ ਕੈਸ਼ਬੈਕ ਮਿਲੇਗਾ। ਜੇਕਰ ਤੁਹਾਨੂੰ ਯਾਦ ਹੋਏਗਾ ਕਿ Amazon, ICICI ਤੇ ਫਲਿੱਪਕਾਰਟ ਐਕਸਿਸ ਦੇ ਕੇਸ ਦੇ ਵਿੱਚ ਐਦਾਂ ਨਹੀਂ ਹੁੰਦਾ, ਉਹ ਤੁਹਾਨੂੰ 5% ਕੈਸ਼ਬੈਕ ਆਫਰ ਕਰਦੇ ਤਾਂ ਤੁਸੀਂ ਕਾਰਡ ਪੂਰੀ ਐਪਲੀਕੇਸ਼ਨ ਦੇ ਵਿੱਚ ਕਿਤੇ ਵੀ ਯੂਜ਼ ਕਰ ਸਕਦੇ ਹੋ। ਤੇ Amazon, ICICI ਤਾਂ ਇੱਕ ਲਾਈਫ ਟਾਈਮ ਫ੍ਰੀ ਕ੍ਰੈਡਿਟ ਕਾਰਡ, ਫਲਿੱਪਕਾਰਟ ਐਕਸਿਸ ਦੀ ਫੀਸ 499 ਰੁਪਏ। ਸੋ ਇੱਥੇ ਮੈਨੂੰ ਲੱਗਦਾ ਕਿ Paytm SBI ਕ੍ਰੈਡਿਟ ਕਾਰਡਸ ਦੇ ਰਿਵਾਰਡ ਪੁਆਇੰਟਸ ਵੀ ਇੰਨੇ ਕੋਈ ਵਧੀਆ ਨਹੀਂ ਹੈ। ਇਸ ਤੋਂ ਵਧੀਆ ਤਾਂ ਮਾਰਕੀਟ ਦੇ ਵਿੱਚ ਕਾਫੀ ਸਾਰੇ ਕ੍ਰੈਡਿਟ ਕਾਰਡਸ ਨੇ ਜੋ ਲੋਅਰ ਪ੍ਰਾਈਸ ਦੇ ਵਿੱਚ ਬੈਟਰ ਰਿਵਾਰਡ ਪੁਆਇੰਟਸ ਆਫਰ ਕਰਦੇ ਆ। Paytm ਸਿਲੈਕਟ ਕ੍ਰੈਡਿਟ ਕਾਰਡ ਤੁਹਾਨੂੰ 4 ਫ੍ਰੀ ਡੋਮੈਸਟਿਕ ਲਾਂਚ ਵੀ ਆਫਰ ਕਰਦਾ ਹੈ ਤੇ ਇਹਦੇ ਨਾਲ ਨਾਲ ਤੁਹਾਨੂੰ ਇੱਕ ਕੰਪਲੀਮੈਂਟਰੀ ਪ੍ਰਾਇਓਰਟੀ ਪਾਸ ਵੀ ਮਿਲਦਾ। Paytm SBI ਕ੍ਰੈਡਿਟ ਕਾਰਡ ਤੇ ਤੁਹਾਨੂੰ ਇਦਾਂ ਦਾ ਕੋਈ ਬੈਨੀਫਿਟ ਨਹੀਂ ਮਿਲਦਾ। ਤੇ ਜਿਹੜਾ ਪ੍ਰਾਇਓਰਟੀ ਪਾਸ ਹੈ ਇਹਦੇ ਨਾਲ ਤੁਹਾਨੂੰ ਇੰਟਰਨੈਸ਼ਨਲ ਲਾਂਚ ਦਾ ਸਿਰਫ ਐਕਸੈਸ ਮਿਲਦਾ। ਇੰਟਰਨੈਸ਼ਨਲ ਲਾਂਚ ਦੇ ਵਿੱਚ ਐਂਟਰ ਕਰਨ ਲਈ ਤੁਹਾਨੂੰ ਹਰ ਵਾਰ ਅਲੱਗ ਤੋਂ $7 ਦੇਣੇ ਪੈਣਗੇ ਤੇ ਇਹ ਪ੍ਰਾਇਓਰਟੀ ਪਾਸ ਸਿਰਫ ਪ੍ਰਾਇਮਰੀ ਕਾਰਡ ਹੋਲਡਰਸ ਨੂੰ ਹੀ ਮਿਲੇਗਾ, ਐਡ ਆਨ ਕਾਰਡ ਹੋਲਡਰ ਨੂੰ ਨਹੀਂ ਮਿਲੇਗਾ। ਇਸ ਤੋਂ ਇਲਾਵਾ ਇਹਨਾਂ ਕਾਰਡ ਤੇ ਕੁਝ ਮਾਈਲਸਟੋਨ ਬੈਨੀਫਿਟਸ ਵੀ ਮਿਲਦੇ ਆ। ਜੇਕਰ ਤੁਸੀਂ ਸਾਲ ਦੇ ਵਿੱਚ 1,00,000 ਰੁਪਏ ਸਪੈਂਡ ਕਰ ਦਿੰਦੇ ਹੋ ਤਾਂ ਤੁਹਾਡੇ Paytm ਫਸਟ ਦੀ ਮੈਂਬਰਸ਼ਿਪ ਰੀਨਿਊ ਹੋ ਜਾਏਗੀ ਤੇ ਇਹ ਬੈਨੀਫਿਟ ਤੁਹਾਨੂੰ ਦੋਨਾਂ ਕਾਰਡਸ ਤੇ ਮਿਲੇਗਾ। ਬਟ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਕੇਸ ਦੇ ਵਿੱਚ ਤੁਹਾਡੀ ਫੀਸ ਵੇਵ ਆਫ ਨਹੀਂ ਹੋਏਗੀ, ਕਾਰਡ ਦੀ ਫੀਸ ਹਰ ਰੀਨਿਊਲ ਤੇ ਤੁਹਾਨੂੰ 100% ਹੀ ਲੱਗੇਗੀ। ਤੇ ਜੇਕਰ ਤੁਸੀਂ ਆਪਣੇ ਕਾਰਡ ਤੋਂ 1 ਸਾਲ ਦੇ ਵਿੱਚ 4,00,000 ਰੁਪਏ ਸਪੈਂਡ ਕਰ ਦਿੰਦੇ ਹੋ ਤਾਂ ਤੁਹਾਨੂੰ 2,000 ਦੇ ਗਿਫਟ ਵਾਊਚਰਸ ਮਿਲ ਜਾਣਗੇ ਬਾਟਾ ਜਾਂ ਖੁਸ਼ ਪਪੀਸ ਦੇ, ਤੇ ਜੇਕਰ 6,00,000 ਰੁਪਏ ਸਪੈਂਡ ਕਰਦੇ ਹੋ ਤਾਂ 4,000 ਦੇ ਗਿਫਟ ਵਾਊਚਰਸ ਮਿਲ ਜਾਣਗੇ। ਬਟ ਇੱਥੇ ਇਹ 4 ਤੇ 6,00,000 ਵਾਲਾ ਬੈਨੀਫਿਟ ਵੀ Paytm ਸਿਲੈਕਟ ਕ੍ਰੈਡਿਟ ਕਾਰਡ ਦੀ ਹੈ, Paytm SBI ਕ੍ਰੈਡਿਟ ਕਾਰਡ ਤੇ। ਹੁਣ ਇਹ ਤਾਂ ਹੋ ਗਏ ਉਹ ਸਾਰੇ ਫੈਕਟਸ ਜਿਹੜੇ ਇਹਨਾਂ ਦੀ ਵੈਬਸਾਈਟ ਤੇ ਵੀ ਹੈ। ਹੁਣ ਥੋੜੀ ਜਿਹੀ ਅੰਦਰ ਦੀ ਗੱਲ ਕਰ ਲੈਂਦੇ ਹਾਂ, ਤੁਹਾਨੂੰ ਇਹ ਕ੍ਰੈਡਿਟ ਕਾਰਡ ਲੈਣੇ ਚਾਹੀਦੇ ਆ ਜਾਂ ਫਿਰ ਨਹੀਂ। ਤਾਂ ਮੇਰੇ ਹਿਸਾਬ ਨਾਲ ਇਹਨਾਂ ਕਾਰਡਸ ਦੇ ਵਿੱਚ 4 ਇਸ਼ੂ ਹੈ। ਪਹਿਲਾ ਤਾਂ ਇਹ ਕਿ ਜੇਕਰ ਤੁਸੀਂ ਆਪਣੇ Paytm SBI ਕਾਰਡਸ ਨੂੰ Paytm ਦੁਬਾਰਾ ਕਿਤੇ ਵੀ ਯੂਜ਼ ਕਰੋਗੇ ਤਾਂ ਤੁਹਾਨੂੰ 1% ਦਾ ਕੈਸ਼ਬੈਕ ਮਿਲੇਗਾ, ਜੋ ਕਿ ਬਹੁਤ ਹੀ ਜ਼ਿਆਦਾ ਘੱਟ ਹੈ, ਸਪੈਸ਼ਲੀ ਇਦਾਂ ਦੇ ਕਾਰਡ ਲਈ ਜਿਹੜਾ ਕਿ ਤੁਹਾਡੇ ਤੋਂ 500 ਤੋਂ ਲੈ ਕੇ 1500 ਰੁਪਏ ਤੱਕ ਦੀ ਫੀਸ ਚਾਰਜ ਕਰਦਾ ਹੋਵੇ। ਸੱਚ ਦੱਸਾਂ ਤਾਂ ਇੰਨਾ ਕੁ ਰਿਵਾਰਡ ਰੇਟ ਤਾਂ ਬਹੁਤ ਸਾਰੇ ਲਾਈਫ ਟਾਈਮ ਫ੍ਰੀ ਕ੍ਰੈਡਿਟ ਕਾਰਡ ਹੀ ਦੇ ਦੇਣਗੇ। ਸੋ ਐਟਲੀਸਟ ਮੇਰੇ ਲਈ ਤਾਂ ਇਹ ਕਾਫੀ ਵੱਡਾ ਸੈਟਬੈਕ ਹੈ SBI ਦੇ ਦੋਨੋਂ ਕਾਰਡਸ ਨੂੰ ਲੈ ਕੇ। ਤੇ ਦੂਜਾ ਪੁਆਇੰਟ ਇਹ ਹੈ ਕਿ ਜਿਹੜਾ ਤੁਹਾਨੂੰ 3% ਜਾਂ 5% ਦਾ ਕੈਸ਼ਬੈਕ ਮਿਲ ਵੀ ਰਿਹਾ ਉਹ ਵੀ Paytm ਐਪ ਯੂਜ਼ ਕਰਨ ਤੇ ਮਿਲ ਰਿਹਾ। ਤੇ ਆਮ ਸ਼ੋਰ ਕਿ Paytm ਨੇ ਇਹ ਵਾਲਾ ਫੀਚਰ Amazon, ICICI ਤੇ ਫਲਿੱਪਕਾਰਟ ਐਕਸਿਸ ਕ੍ਰੈਡਿਟ ਕਾਰਡ ਤੋਂ ਕਾਪੀ ਕੀਤਾ। ਬਟ ਜੇਕਰ ਸੋਚਿਆ ਜਾਵੇ ਤਾਂ Amazon ਤੇ ਫਲਿੱਪਕਾਰਟ ਤੇ ਇਹ ਚੀਜ਼ ਚੱਲ ਜਾਂਦੀ ਹੈ ਕਿਉਂਕਿ
ਤੇ ਇਹਨਾਂ ਕਾਰਡਸ ਨੂੰ ਲੈ ਕੇ ਮੈਂ ਇਹੀ ਉਮੀਦ ਰੱਖੀ ਸੀ ਕਿ ਸ਼ਾਇਦ ਪੇਟੀਐਮ ਆਪਣੇ ਕਾਰਡਸ ਤੇ ਇਹ ਲੋਡਿੰਗ ਫੀਸ ਨਹੀਂ ਲਾਏਗਾ ਤਾਂ ਵੀ ਕਿਤੇ ਨਾ ਕਿਤੇ ਮੈਂ ਸੋਚ ਲੈਂਦਾ ਇਹਨਾਂ ਕ੍ਰੈਡਿਟ ਕਾਰਡ ਨੂੰ ਯੂਜ਼ ਕਰਨ ਦਾ ਬਟ ਏਦਾਂ ਨਹੀਂ ਹੈ ਇਹਨਾਂ ਕਾਰਡਸ ਤੇ ਵੀ ਤੁਹਾਨੂੰ ਸੇਮ ਉਸੇ ਤਰੀਕੇ ਨਾਲ ਲੋਡਿੰਗ ਫੀਸ ਲੱਗੇਗੀ ਤੇ ਚੌਥਾ ਪੁਆਇੰਟ ਇਹ ਹੈ ਕਿ ਆਲਮੋਸਟ ਸਾਰੇ ਕ੍ਰੈਡਿਟ ਕਾਰਡ ਸਟੇਟਮੈਂਟ ਕ੍ਰੈਡਿਟ ਦੀ ਫਾਰਮ ਦੇ ਵਿੱਚ ਕੈਸ਼ਬੈਕ ਦਿੰਦੇ ਆ ਮਤਲਬ ਕਿ ਜਿਹੜਾ ਰਿਵਾਰਡ ਜਾਂ ਫਿਰ ਕੈਸ਼ਬੈਕ ਹੈ ਉਹ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਦੇ ਵਿੱਚ ਰਿਫਲੈਕਟ ਹੋ ਜਾਂਦਾ ਤੇ ਤੁਹਾਡੇ ਕ੍ਰੈਡਿਟ ਕਾਰਡ ਬਿੱਲ ਦੇ ਵਿੱਚ ਐਡਜਸਟ ਹੋ ਜਾਂਦਾ ਬਟ ਇਹਨਾਂ ਪੇਟੀਐਮ ਐਸਬੀਆਈ ਕ੍ਰੈਡਿਟ ਕਾਰਡਸ ਦੇ ਕੇਸ ਦੇ ਵਿੱਚ ਐਦਾਂ ਨਹੀਂ ਹੁੰਦਾ ਪੇਟੀਐਮ ਦੇ ਕੇਸ ਦੇ ਵਿੱਚ ਤੁਹਾਡਾ ਰਿਵਾਰਡ ਪੇਟੀਐਮ ਬੈਲੈਂਸ ਦੇ ਵਿੱਚ ਹੀ ਕ੍ਰੈਡਿਟ ਹੁੰਦਾ ਮਤਲਬ ਕਿ ਉਸ ਰਿਵਾਰਡ ਨੂੰ ਯੂਜ਼ ਕਰਨ ਲਈ ਤੁਹਾਨੂੰ ਫਿਰ ਤੋਂ ਪੇਟੀਐਮ ਐਪ ਯੂਜ਼ ਕਰਨੀ ਪਏਗੀ ਅਗੇਨ ਇਹ ਚੀਜ਼ ਐਮਾਜ਼ਾਨ ਤੇ ਫਲਿੱਪਕਾਰਟ ਵਰਗੀ ਲੱਗਦੀ ਹੈ ਬਟ ਦੇਖਿਆ ਜਾਵੇ ਤਾਂ ਉਹ ਦੋਨੋਂ ਐਪਲੀਕੇਸ਼ਨਾਂ ਰੈਗੂਲਰਲੀ ਯੂਜ਼ ਹੁੰਦੀਆਂ ਨੇ ਸੋ ਇਹਨਾਂ ਕ੍ਰੈਡਿਟ ਕਾਰਡ ਨੂੰ ਲੈ ਕੇ ਤੁਸੀਂ ਇੱਕ ਤਰੀਕੇ ਨਾਲ ਪੇਟੀਐਮ ਨਾਲ ਬੰਨੇ ਜਾਂਦੇ ਜੋ ਮੈਨੂੰ ਤਾਂ ਬਿਲਕੁਲ ਪਸੰਦ ਨਹੀਂ ਸੋ ਓਵਰਆਲ ਦੇਖਿਆ ਜਾਵੇ ਤਾਂ ਪੇਟੀਐਮ ਦੇ ਇਹ ਦੋਨੋਂ ਕ੍ਰੈਡਿਟ ਕਾਰਡ ਮੈਨੂੰ ਕਾਫੀ ਐਵਰੇਜ ਲੱਗੇ ਮੈਂ ਤਾਂ ਇਹਨਾਂ ਨੂੰ ਬਿਲਕੁਲ ਨਹੀਂ ਲੈਣ ਵਾਲਾ ਐਟਲੀਸਟ ਉਦੋਂ ਤੱਕ ਤਾਂ ਬਿਲਕੁਲ ਵੀ ਨਹੀਂ ਜਦੋਂ ਤੱਕ ਪੇਟੀਐਮ ਆਪਣੀ ਆਫਰਿੰਗ ਇੰਪਰੂਵ ਨਹੀਂ ਕਰਦਾ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੇਟੀਐਮ HDFC ਕ੍ਰੈਡਿਟ ਕਾਰਡ ਨੂੰ ਵੀ ਐਨਾਲਾਈਜ਼ ਕੀਤਾ ਜਾਵੇ ਤਾਂ ਸਾਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਬਾਕੀ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੇ ਫਾਈਟਿੰਗ